हेलो एवरीवन आई एम अवनीत वेलकम यू टू गिल्स मेंटर ई-लर्निंग प्लेटफॉर्म आज अपन क्या है अपने इंडियन पॉलिटी ਦੇ ਵਿੱਚ प्रीवियस इयर्स एग्जाम ਵਿੱਚ ਆਏ ਹੋਏ एमसीक्यूज क्वेश्चंस करेंगे जो कि इंपॉर्टेंट है फॉर ऑल पंजाब गवर्नमेंट एग्जाम लाइक पटवारी पीपीएससी पीएसपी एंड अदर एग्जाम्स लाइक एसएससी एंड टीपीसी एंड यूपीएससी ਬਟ ਬਿਫੋਰ ਵੀ ਬਿਗਿਨ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਕੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਅ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਕੀ ਹੈ ਰੈਗੂਲਰ ਨੋਟੀਫਿਕੇਸ਼ਨ ਮਿਲਦੀ ਰਹੇ ਆਪ ਆਪਣੇ ਇੰਡੀਅਨ ਪੋਲਿਟੀ ਦੇ ਪ੍ਰੀਵੀਅਸ ਲੈਕਚਰਸ ਦੇ ਵਿੱਚ ਕੀ ਹੈ 6 ਟਾਪਿਕ ਕਵਰ ਕਰ ਲਏ ਸੀਗੇ ਉਹਨਾਂ ਹੀ 6 ਟਾਪਿਕਸ ਦੇ ਵਿੱਚੋਂ ਜੋ ਪ੍ਰੀਵੀਅਸ ਈਅਰਸ ਦੇ ਐਗਜ਼ਾਮ ਵਿੱਚ ਆਏ ਹੋਏ ਕੁਐਸਚਨਸ ਨੇ ਉਹ ਆਪਾਂ ਕੀ ਹੈ ਕਰਾਂਗੇ ਅੱਜ ਦੇ ਐਮਸੀਕਿਊਸ ਦੇ ਟੈਸਟ ਵਿੱਚ ਤੁਹਾਡੇ ਕੀ ਹੈ ਟੋਟਲ 20 ਕੁਐਸਚਨਸ ਹੈ ਤਾਂ ਆਪਾਂ ਸਟਾਰਟ ਕਰਦੇ ਹਾਂ ਆਪਣੇ ਫਰਸਟ ਕੁਐਸਚਨ ਤੋਂ ਅੱਜ ਦਾ ਆਪਣਾ ਟੈਸਟ ਦਾ ਫਰਸਟ ਕੁਐਸਚਨ ਹੈ कॉन्सट्टीट्यूशन ऑफ इंडिया वॉज अडोप्टिड बाय कॉन्सटेंट असेंबली ऑन जो इंडिया का कॉन्स्टिट्यूशन है वह कॉन्सटेंट असेंबली ने कदों अडोप्ट किया ऑप्शन है ए ऑप्शन है ट्वेंटी फिफ्थ अक्टूबर नाइनटीन फोर्टी एट बी ऑप्शन है ट्वेंटी फिफ्थ अक्टूबर नाइनटीन फोर्टी नाइन सी ऑप्शन है ट्वेंटी सिक्स नवंबर नाइनटीन और डी ऑप्शन है ट्वेंटी सिक्स नवंबर नाइनटीन फोर्टी नाइन तो कॉन्सटेंट असेंबली ने ਇੰਡੀਆ ਦੇ ਕਨਸਟੀਟਿਊਸ਼ਨ ਹੈ ਜੋ ਭਾਰਤ ਦਾ ਸੰਵਿਧਾਨ ਹੈ ਉਹ ਅਸੈਂਬਲੀ ਨੇ ਕਦੋਂ ਅਡਾਪਟ ਕੀਤਾ ਸੀ ਤੇ ਜਲਦੀ ਜਲਦੀ ਆਨਸਰ ਕਰੋ ਆਪਾਂ ਸਾਰਾ ਕੁਝ ਕੀ ਹੈ ਪ੍ਰੀवियस ਲੈਕਚਰਸ ਦੇ ਵਿੱਚ ਕਰ ਚੁੱਕੇ ਆ ਤਾਂ ਅੱਜ ਡਿਟੇਲ ਡਿਸਕਸ਼ਨਸ ਨਹੀਂ ਹੋਏਗਾ ਸਿਰਫ ਔਰ ਸਿਰਫ ਆਨਸਰਸ ਹੋਣਗੇ ਸੋ ਫਰਸਟ ਕੁਐਸਚਨ ਦਾ ਆਪਣਾ ਰਾਈਟ ਆਨਸਰ ਹੈ অপਸ਼ਨ ਡੀ ਜੋ ਅਡਾਪਟ ਕੀਤਾ ਸੀਗਾ ਉਹ ਸੀਗਾ 26 ਨਵੰਬਰ 1949 ਨੂੰ ਕੀ ਹੈ ਭਾਰਤ ਦਾ ਜੋ ਸੰਵਿਧਾਨ ਹੈ ਇੰਡੀਆ ਦਾ ਕਨਸਟੀਟਿਊਸ਼ਨ ਹੈ ਉਹਨੂੰ ਕਨਸਟੈਂਟ ਅਸੈਂਬਲੀ ਨੇ ਅਡਾਪਟ ਕੀਤਾ ਸੀਗਾ ਕਿਦੋਂ ਕੀਤਾ ਸੀ ਅਡਾਪਟ 26 ਨਵੰਬਰ 1949 ਹੁਣ ਆਪਾਂ ਦੇਖਦੇ ਹਾਂ ਆਪਣਾ ਸੈਕਿੰਡ ਕੁਐਸਚਨ ਐਸ ਦਾ ਸੈਕਿੰਡ ਕੁਐਸਚਨ ਹੈ ਕਿ ਸੈਟਿੰਗ ਅਪਾ ਸੁਪਰੀਮ ਕੋਰਟ ਐਟ ਕਲਕੱਤਾ ਵਾਸ ਅ ਪਾਰਟ ਆਫ ਸੁਪਰੀਮ ਕੋਰਟ ਦਾ ਸੈਟ ਅਪ ਕਰਨਾ ਕਲਕੱਤਾ ਦੇ ਵਿੱਚ ਕਿਹੜੇ ਐਕਟ ਦਾ ਪਾਰਟ ਸੀਗਾ ਇਸਾਰੇ ਐਕਸ ਵੀ ਆਪਾਂ ਕੀ ਇੰਡੀਅਨ ਪੋਲੀਟੀ ਦੇ ਫਰਸਟ ਲੈਕਚਰ ਦੇ ਵਿੱਚ ਕੀਤੇ ਆ ਤੇ ਫਰਸਟ ਆਪਸ਼ਨ ਹੈ ਰੈਗੂਲੇਟਿੰਗ ਐਕਟ ਆਫ 1773 ਬੀ ਆਪਸ਼ਨ ਹੈ ਪਿਟਸ ਇੰਡੀਆ ਐਕਟ ਆਫ 1784 ਸੀ ਆਪਸ਼ਨ ਹੈ ਚਾਰਟਰ ਐਕਟ ਆਫ 1793 ਡੀ ਆਪਸ਼ਨ ਹੈ ਚਾਰਟਰ ਐਕਟ ਆਫ 1893 ਤੇ ਜਲਦੀ ਅਨਸਰ ਕਰੋ ਕਿ ਸੁਪਰੀਮ ਕੋਰਟ ਕਲਕੱਤਾ ਤੇ ਸੈਟ ਅਪ ਕਰਨ ਦਾ ਜੋ ਪ੍ਰੋਵੀਜ਼ਨ ਹੈ ਫਰਸਟ ਟਾਈਮ ਕਿਹੜੇ ਐਕਟ ਦੇ ਵਿੱਚ ਆਇਆ ਸੀ ਮਤਲਬ ਕਿਹੜੇ ਐਕਟ ਦਾ ਪਾਰਟ ਸੀਗਾ ਇਹ ਸਾਰਾ ਕੁਝ ਕਰ ਚੁੱਕੇ ਆਪਾਂ ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ ਏ ਜੋ ਰੈਗੂਲੇਟਿੰਗ ਐਕਟ ਸੀਗਾ 1773 ਦਾ ਉਹਦੇ ਵਿੱਚ ਹੀ ਫਰਸਟ ਟਾਈਮ ਇਹ ਮੈਂਸ਼ਨ ਕੀਤਾ ਗਿਆ ਸੀ ਕਿ ਸੁਪਰੀਮ ਕੋਰਟ ਇੱਕ ਸੁਪਰੀਮ ਕੋਰਟ ਸੈਟਅਪ ਕੀਤਾ ਜਾਏਗਾ ਕੈਲਕੱਤਾ ਦੇ ਵਿੱਚ ਅਰੇ ਪਾਰਟ ਸੀਗਾ ਸੁਪਰੀਮ ਕੋਰਟ ਰੈਗੂਲੇਟਿੰਗ ਐਕਟ ਆਫ 1773 ਦਾ ਸੋ ਕੁਐਸਚਨ ਸੈਕਿੰਡ ਦਾ ਰਾਈਟ ਆਨਸਰ ਹੈ ਆਪਸ਼ਨ ਏ ਨਾ ਮੂਵ ਕਰਦੇ ਆ ਆਪਣੇ ਨੈਕਸਟ ਕੁਐਸਚਨ ਦੀ ਵੱਲ ਥਰਡ ਕੁਐਸਚਨ ਹੈ ਆਪਣਾ ਕਿ ਦਾ ਫਰਸਟ ਸਟੈਟਿਟਿਊਟ ਫਾਰ ਦਾ ਗਵਰਨੈਂਸ ਆਫ ਇੰਡੀਆ ਅੰਡਰ ਦਾ ਡਾਇਰੈਕਟ ਰੂਲ ਆਫ ਬ੍ਰਿਟਿਸ਼ ਗਵਰਨਮੈਂਟ ਵਾਸ ਦਾ ਇਹਦਾ ਮਤਲਬ ਹੈ ਕਿ ब्रिटिश जो गवर्नमेंट है उन्हें इंडिया की गवर्नेंस डायरैक्टली अपने अंडर कदों ले ली सी की। के एक्ट तो बाद ले ली सी ऑप्शनस देख ला ऑप्शन ए है गवर्नमेंट ऑफ इंडिया एक्ट एटीन फिफ्टी एट बी ऑप्शन है गवर्नमेंट ऑफ इंडिया एक्ट एटीन सिक्सटी वन सी ऑप्शन है गवर्नमेंट ऑफ इंडिया एक्ट एटीन नाइनटी टू और डी ऑप्शन है गवर्नमेंट ऑफ इंडिया एक्ट नाइनटीन फिफ्टी तो जल्दी कमेंट करके आंसर दसो ਕੀ ਕਿਹੜੇ ਐਕਟ ਤੋਂ ਬਾਅਦ ਕੀ ਹੈ ਬ੍ਰਿਟਿਸ਼ ਗਵਰਨਮੈਂਟ ਨੇ ਇੰਡੀਆ ਦੇ ਗਵਰਨਨਮੈਂਟ ਨੂੰ ਡਾਇਰੈਕਟਲੀ ਹੰਡਰ ਰੂਲ ਲੈ ਲਿਆ ਸੀ ਆਪਣੇ ਜਲਦੀ ਜਲਦੀ ਕਮੈਂਟ ਕਰਕੇ ਅਨਸਰ ਦੱਸੋ ਤੇ ਦਾ ਰਾਈਟ ਆਨਸਰ ਆਪਸ਼ਨ A ਗਵਰਨਮੈਂਟ ਆਫ ਇੰਡੀਆ ਐਕਟ 1958 ਤੋਂ ਬਾਅਦ 1857 ਚ ਕੀ ਹੋਇਆ ਸੀਗਾ ਫਸਟ ਇੰਡੀਪੈਂਡੈਂਸ ਦੀ ਵਾਰ ਹੋਈ ਸੀ ਇੰਡੀਆ ਦੀ ਜਿਹਨੂੰ ਸਿਪਾਹੀ ਮੁੱਟਨੀ ਵੀ ਕਹਿੰਦੇ ਆ ਤੇ ਉਸੇ सिपाही म्यूटनी तो बात की है ब्रिटिश गवर्नमेंट ने लॉ पास करता है कि जो इंडिया की गवर्नेंस है और डायरेक्टली की है ब्रिटिश गवर्नमेंट के अंडर आ जाएगी तो कि एक्ट है गवर्नमेंट ऑफ इंडिया एक्ट एटीन फिफ्टी एट के डिकलेयर किया गया से लॉ पास किया गया से सो क्वेश्चन थर्ड का राइट आंसर ऑप्शन ए गवर्नमेंट ऑफ इंडिया एक्ट एटीन फिफ्टी एट इज़ द राइट आंसर नाउ लैट्स मूव टू द नैक्स क्वेश्चन नैक्स क्वेश्चन है which act enabled the viceroy to associate representatives of the indian people with the work of legislation by nominating them to his expanded council tup as keda first act siga jide vich ki viceroy nu ਵਾਈਸ ਰਾਇ ਨੂੰ ਇਹ ਪਰਮਿਸ਼ਨ ਦੇ ਦਿੱਤੀ ਗਈ ਸੀ ਕਿ ਉਹ ਆਪਣੇ ਐਕਸਪੈਂਡਡ ਕਾਉਂਸਲ ਜਿਹੋ ਦੀ ਕਾਉਂਸਲ ਐਕਸਪੈਂਡਡ ਕਾਉਂਸਲ ਉਹਦੇ ਵਿੱਚ ਕੀ ਹੈ ਇੰਡੀਅਨਸ ਨੂੰ ਨਾਮਿਨੇਟ ਕਰ ਸਕਦਾ ਐਜ਼ ਅ ਇੰਡੀਅਨ ਪੀਪਲ ਦੇ ਰਿਪਰੈਜ਼ੈਂਟੇਟਿਵ ਤੋ ਕਿਹੜੇ ਐਕਟ ਤੋਂ ਬਾਅਦ ਇਹ ਡਿclare ਕੀਤਾ ਗਿਆ ਸੀਗਾ অপਸ਼ਨ ਏ ਹੈ অপਸ਼ਨ ਏ ਹੈ ਗਵਰਨਮੈਂਟ ਆਫ ਇੰਡੀਆ ਐਕਟ 1858 ਬੀ অপਸ਼ਨ ਹੈ ਗਵਰਨਮੈਂਟ ਆਫ ਇੰਡੀਆ ਐਕਟ 1861 ਸੀ অপਸ਼ਨ ਹੈ ਗਵਰਨਮੈਂਟ ਆਫ ਇੰਡੀਆ ਐਕਟ 1892 ਅ ਡੀ অপਸ਼ਨ ਹੈ ਗਵਰਨਮੈਂਟ ਆਫ ਇੰਡੀਆ ਐਕਟ 1915 ਤੋ ਕਿਹੜੇ ਐਕਟ ਤੋਂ ਬਾਅਦ ਡਿਕਲੇਰ ਕਰਦੇ ਮਲੇ ਪਰਮਿਸ਼ਨ ਦੇ ਦਿੱਤੀ ਗਈ ਸੀ ਵਾਇਸਰਾਏ ਨੂੰ ਕਿ ਉਹ ਆਪਣੇ ਐਕਸਪੈਂਡਡ ਕਾਉਂਸਲ ਦੇ ਅੰਦਰ ਇੰਡੀਆਸ ਨੂੰ ਨਾਮਿਨੇਟ ਕਰ ਸਕਦਾ ਆ ਤੋ ਜਲਦੀ ਕਮੈਂਟ ਕਰਕੇ ਆਨਸਰ ਕਰੋ ਇਹ ਸਾਰਾ ਕੁਝ ਆਪਾਂ ਪੂਰੇ ਡਿਟੇਲ ਦੇ ਵਿੱਚ ਆਪਣੇ ਪ੍ਰੀਵियस ਲੈਕਚਰਸ ਦੇ ਵਿੱਚ ਕਰ ਚੁੱਕੇ ਆਂ ਤੋ ਜਿਨ੍ਹਾਂ ਨੇ ਵੀ ਉਹ ਲੈਕਚਰਸ ਅਟੈਂਡ ਕੀਤੇ ਉਹਨਾਂ ਦਾ ਆਨਸਰ ਰਾਈਟ ਹੋਣਾ ਚਾਹੀਦਾ ਹੈ ਸੋ ਆਪਣੇ 4th ਕੁਐਸਚਨ ਦਾ ਰਾਈਟ ਆਨਸਰ ਆਪਸ਼ਨ B ਗਵਰਨਮੈਂਟ ਆਫ ਇੰਡੀਆ ਹੈ ਐਕਟ 1861 ਦੇ ਵਿੱਚ ਇਹ ਡਿਕਲੇਅਰ ਕਰ ਦਿੱਤਾ ਗਿਆ ਸੀ ਕਿ ਵਾਇਸਰਾਏ ਕੀ ਹੈ ਨੋਮੀਨੇਟ ਕਰੇਗਾ ਇੰਡੀਅਨਸ ਨੂੰ ਐਜ਼ ਅ ਇੰਡੀਅਨ ਪੀਪਲ ਨੂੰ ਐਜ਼ ਇੰਡੀਅਨ ਪੀਪਲ ਦਾ ਰਿਪਰੈਜ਼ੈਂਟੇਟਿਵ ਆਪਣੇ ਐਕਸਪੈਂਡਡ ਕਾਉਂਸਲ ਦੇ ਅੰਦਰ ਆਫ ਪਹਿਲੇ ਤਿੰਨ ਇੰਡੀਅਨਸ ਕੌਣ ਨੋਮੀਨੇਟ ਕੀਤੇ ਗਏ ਸੀਗੇ ਉਹ ਸੀਗੇ ਮਹਾਰਾਜਾ ਆਫ ਰਾਜਾ ਆਫ ਬਨਾਰਸ ਔਰセਕਿੰਡ ਸੀਗੇ ਮਹਾਰਾਜਾ ਪਟੇਲਾ ਔਰ थर्ड ਸੀਗੇ ਸਰਦਨਕਰ Rao ਇਹ ਤਿੰਨ ਇੰਡੀਅਨਸ ਨੂੰ ਕੀ ਹੈ ਫਰਸਟ ਟਾਈਮ ਐਕਸਪੈਂਡਡ ਕਾਉਂਸਲ ਵਾਇਸਰਾਏ ਦੀ ਐਕਸਪੈਂਡਡ ਕਾਉਂਸਲ ਦੇ ਵਿੱਚ ਨਾਮਿਨੇਟ ਕੀਤਾ ਗਿਆ ਸੀ ਔਰ ਇਹ ਐਕਟ ਕਦੋਂ ਡਿਕਲੇਅਰ ਕੀਤਾ ਗਿਆ ਮਤਲਬ ਇਹ ਕਦੋਂ ਬਣਾਇਆ ਗਿਆ ਸੀਗਾ ਲਾ ਗਵਰਨਮੈਂਟ ਆਫ ਇੰਡੀਆ ਐਕਟ 1861 ਦੇ ਅੰਦਰ ਸੋ ਫੋਰਥ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ B ਗਵਰਨਮੈਂਟ ਆਫ ਇੰਡੀਆ ਐਕਟ 1861 ਮੂਵ ਕਰਦੇ ਆਪਨੇ 5th ਕੁਐਸਚਨ ਦੀ ਵੱਰ फिफ्थ क्वेश्चन है अंडर विच एक्ट द काउंसिल वर हैविंग अ पावर टू डिस्कस द बजट एंड एड्रेसिंग क्वेश्चन टू द एक्जीक्यूटिव तो कि एक्ट है जिदेज की पावर दे दी गई सी काउंसिल लैजिसलेटिव काउंसिल कि बजट पर भी डिस्कशन कर सदियाँ ने और जो एक्जीक्यूटिव है्श्चनस भी पुछ सकते हैं तो कि एक्ट है आप सारा कुछ प्रीवियस के डिसकस कर चुके हैं सारे का आंसर राइट होना चाहता हम ऑप्शन देख लें ऑप्शन ए है गवर्नमेंट ऑफ इंडिया एक्ट एटीन फिफ्टी एट बी ऑप्शन है गवर्नमेंट ऑफ इंडिया एक्ट एटीन सिक्सट वन सी ऑप्शन है गवर्नमेंट ऑफ इंडिया एक्ट एटीन नाइनटी टू डी ऑप्शन है गवर्नमेंट ऑफ इंडिया एक्ट नाइनटीन फिफ्टी तो वह कि एक्ट है जिदेज लैजिस्लेटिव जो काउंसिल काउंसिली उन्हें परमिशन दे दी गई थे बजट से भी डिस्कशन कर सदर एक्सीक्यूटिव क्वेश्चन भी पुछ सकते हैं तो किट ਕਿਹੜਾ ਐਕਟ ਸੀਗਾ ਜਿਦੇ ਵਿੱਚ ਕੌਂਸਲ ਨੂੰ ਇਹ ਪਾਵਰ ਦਿੱਤੀ ਸੀ ਕਿ ਉਹ ਬਜਟ ਨੂੰ ਡਿਸਕਸ ਕਰ ਸਕਣ ਔਰ ਕੁਐਸ਼ਨਸ ਐਡਰੈਸ ਕਰ ਸਕਣ ਐਗਜ਼ੀਕਿਊਟਿਵ ਨੂੰ ਸੋ 5ਥ ਕੁਐਸ਼ਨ ਦਾ ਆਪਣਾ ਰਾਈਟ ਆਨਸਰ ਹੈ ਆਪਸ਼ਨ ਸੀ ਗਵਰਨਮੈਂਟ ਆਫ ਇੰਡੀਆ ਐਕਟ 1892 ਦਾ ਸੀਗਾ ਉਹਦੇ ਵਿੱਚ ਇਹ ਪਾਵਰ ਦਿੱਤੀ ਸੀ ਕੌਂਸਲ ਨੂੰ ਕਿ ਉਹ ਬਜਟ ਨੂੰ ਵੀ ਡਿਸਕਸ ਕਰ ਸਕਦੇ ਔਰ ਐਗਜ਼ੀਕਿਊਟਿਵ ਨੂੰ ਕੁਐਸ਼ਨਸ ਵੀ ਪੁੱਛ ਸਕਦੇ ਨੇ ਤੋ 5ਥ ਕੁਐਸ਼ਨ ਦਾ ਰਾਈਟ ਆਨਸਰ ਆਪਸ਼ਨ ਸੀ ਗਵਰਨਮੈਂਟ ਆਫ ਇੰਡੀਆ ਐਕਟ 1892 ਮੂਵ ਕਰਦੇ ਆਪਨੇ 6ਥ ਕੁਐਸ਼ਨ ਦੇ ਵੱਲ 6ਥ ਕੁਐਸ਼ਨ ਹੈ ਫਾਰ ਦਾ ਫਰਸਟ ਟਾਈਮ ਇੰਡੀਅਨ ਲੈਜਿਸਲੇਚਰ वॉज मेड बाय कैमरल अंडर तो फर्स्ट टाइम जो लैजिस्लेटिव है इंडिया की लैजिस्लेचर है उन्होंने बाय कैमरल कदों बनाया गया ऑप्शन ए है गवर्नमेंट ऑफ इंडिया एक्ट एटीन सिक्सटी वन तो बाद बी ऑप्शन है गवर्नमेंट ऑफ इंडिया एक्ट एटीन नाइनटी टू सी ऑप्शन है गवर्नमेंट ऑफ इंडिया एक्ट नाइनटीन फिफ्टीन डी ऑप्शन है गवर्नमेंट ऑफ इंडिया एक्ट नाइनटीन नाइनटीन तो जल्दी कमेंट करके आंसर करो कि फर्स्ट टाइम इंडिया लैजिस्लेटिव है जो उन्होंने बाय कैमरल कदों बनाया गया सीगा? ਕਿਹੜੇ ਐਕਟ ਦੇ ਅੰਡਰ ਬਣਾਇਆ ਗਿਆ ਸੀਗਾ ਇਹ ਸਾਰਾ ਕੁਝ ਆਪਣੇ ਪ੍ਰੀਵਿਅਸ ਲੈਕਚਰਸ ਦੇ ਵਿੱਚ ਸਾਰੇ ਐਕਟਸ ਆਪਾਂ ਕੀ ਹੈ ਫਰਸਟ ਲੈਕਚਰ ਦੇ ਵਿੱਚ ਹੀ ਕੀਤੇ ਹੈ ਪੂਰੇ ਡਿਟੇਲ ਨਾਲ ਡਿਸਕਸ ਕੀਤੇ ਹੈ ਅਬ ਮੈਂ ਤੁਹਾਨੂੰ ਮੋਦ ਮੁਗ ਵੀ ਕਰਾਇਆ ਸੀਗਾ ਕਿ ਕਿਹੜੇ ਕੁਐਸਚਨਸ ਪ੍ਰੀਵਿਅਸ ইয়ারਜ਼ ਦੇ ਐਗਜ਼ਾਮ ਵਿੱਚ ਆ ਚੁੱਕੇ ਹੈ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਆਪਸ਼ਨ ਡੀ ਗਵਰਨਮੈਂਟ ਆਫ ਇੰਡੀਆ ਐਕਟ 1990 ਦਾ ਐਕਟ ਸੀਗਾ ਉਹਦੇ ਵਿੱਚ ਫਰਸਟ ਟਾਈਮ ਕੀ ਹੈ ਇੰਡੀਅਨ ਲੈਜਿਸਲੇਟਿਵ ਨੂੰ ਬਣਾਇਆ ਗਿਆ ਸੀ ਬਾਈ ਕੈਮਰਲ ਬਾਈ ਕੈਮਰਾ ਦਾ ਮਤਲਬ ਹੈ ਲੈਜਿਸਲੇਟਿਵ ਕਾਉਂਸਲਰ ਲੈਜਿਸਲੇਟਿਵ ਅਸੈਂਬलीज ਹੁੰਦੀਆਂ ਚਤੋ ਵਿਧਾਨ ਸਭਾ ਐਂ ਵਿਧਾਨ ਪਰਿਸ਼ਦ ਹੁੰਦੇ ਆ ਤੋ ਆਪਸ਼ਨ ਡੀ ਗਵਰਨਮੈਂਟ ਆਫ ਇੰਡੀਆ ਐਕਟ 1919 ਇਜ਼ ਦਾ ਰਾਈਟ ਆਨਸਰ ਆਫ ਕੁਐਸਚਨ 6 ਮੂਵ ਕਰਦੇ ਆਪਨੇ ਨੈਕਸਟ ਕੁਐਸਚਨ ਦੇ ਵੱਲ ਡਿਸਕਸ਼ਨ ਨਹੀਂ ਕਰਾਂਗੇ ਅੱਜ ਡਿਟੇਲਸ ਸਿਰਫ ਆਨਸਰ ਹੋਏਗਾ ਬਿਕਾਜ਼ ਡੀਟੇਲਸ ਦੇ ਵਿੱਚ ਆਲਰੇਡੀ ਡਿਸਕਸ ਹੋ ਚੁੱਕਿਆ ਹੈ ਕੁਐਸਚਨ 7th ਹੈ ਵਿਚ ਐਕਟ ਡਿਵਾਈਡਿਡ ਲੈਜਿਸਲੇਟਿਵ ਪਾਵਰਸ ਬੀਟਵੀਨ ਦਾ ਸੈਂਟਰ ਐਂਡ ਦਾ ਪ੍ਰੋਵਿੰਸਸ ਪਰੋਵਿੰਸਸ ਔਰ ਸੈਂਟਰ ਦੇ ਵਿੱਚ ਪਾਵਰਸ ਕਿਹੜੇ ਐਕਟ ਦੇ ਅੰਡਰ ਡਿਵਾਈਡ ਕੀਤੀਆਂ ਗਈਆਂ ਸੀ ਫਰਸਟ ਆਪਸ਼ਨ ਹੈ ਗਵਰਨਮੈਂਟ ਆਫ ਇੰਡੀਆ ਐਕਟ 1935 ਬੀ ਆਪਸ਼ਨ ਹੈ ਗਵਰਨਮੈਂਟ ਆਫ ਇੰਡੀਆ ਐਕਟ 1919 ਸੀ ਆਪਸ਼ਨ ਹੈ ਗਵਰਨਮੈਂਟ ਆਫ ਇੰਡੀਆ ਐਕਟ 1892 ਡੀ ਆਪਸ਼ਨ ਹੈ ਗਵਰਨਮੈਂਟ ਆਫ ਇੰਡੀਆ ਐਕਟ 1861 ਤਾਂ ਕਿਹੜੇ ਐਕਟ ਦੇ ਅੰਡਰ ਕੀ ਹੈ ਸੈਂਟਰ ਔਰ ਪ੍ਰੋਵਿੰਸਸ ਦੇ ਵਿੱਚ ਪਾਵਰ ਡਿਵਾਈਡ ਕਰ ਦਿੱਤੀ ਗਈ ਸੀ ਜਲਦੀ ਕਮੈਂਟ ਕਰਕੇ ਆਨਸਰ ਕਰੋ तो इस क्वेश्चन सैवंथ क्वेश्चन का राइट आंसर है ऑप्शन ए गवर्नमेंट ऑफ इंडिया एक्ट नाइनटीन थर्टी फाइव के है ये मैनशन किया गया कि लैजिस्लेटिव जी जो पावरस है डिवाइड होगी सेंटर ऑफ प्रोविजन प्रोविंस के गवर्नमेंट ऑफ इंडिया एक्ट नाइनटीन थर्ट फाइव केववंथ क्वेश्चन का राइट आंसर ऑप्शन ए नाउ मूव करते हैं अपने एटथ क्वेश्चन के वल 8th question hai the plan uh, to transfer of power to the indians and the partition of country was laid down in the jo plan partition the plan sega si ki country jo ke hai do parts vich divide hoegi aur powers da division kis tarah hoega india aur pakistan de vich oh kide plan de andar rakha gaya sega kide plan ch ki hai laid down kita gaya sega ida e pura plan ki partition kitta hoega aur powers kitta transfer kitiyan jaaniyan a option hai cabinet mission plan b option hai simon commission ਸੀ ਆਪਸ਼ਨ ਹੈ क्रिप्स मिशन डी ऑप्शन है माउंट बेटन प्लान तो ये भी आप अपने प्रीवियस लेक्चर ਦੇ ਵਿੱਚ ਕਰ ਚੁੱਕੇ ਹੈ ਕਿ ਡਿਟੇਲ ਨਾਲ ਤਾਂ ਕਿਹੜਾ ਪਲਾਨ ਸੀਗਾ ਜਿਹਦੇ ਵਿੱਚ ਇਹ ਪਾਵਰਸ ਦਾ ਟ੍ਰਾਂਸਫਰ অর ਪਾਰਟੀਸ਼ਨ ਆਫ ਕੰਟਰੀ ਜੋ ਹੈ ਇਲ ਦਾ ਪਲਾਨ ਪੂਰਾ ਪ੍ਰੋਪਰ ਲੇ ਡਾਊਨ ਕੀਤਾ ਗਿਆ ਸੀ ਸੋ 8th ਕੁਸ਼ਨ ਦਾ ਰਾਈਟ ਆਨਸਰ ਆਪਸ਼ਨ ਡੀ माउंट बेटन प्लान माउंट बेटन प्लान ਸੀਗਾ ਜਿਹਦੇ ਅੰਦਰ ਕੀ ਹੈ ਇੰਡੀਪੈਂਡੈਂਸ ਐਕਟ 1947 ਆਇਆ ਸੀਗਾ ਜਿਹਦੇ ਉੱਪਰ ਉਹਦੇ ਵਿੱਚ ਹੀ ਮੈਂਸ਼ਨ ਕੀਤਾ ਗਿਆ ਸੀਗਾ ਕਿ ਜੋ ਇੰਡੀਆ ਹੈ ਉਹ ਦੋ ਪਾਰਸ ਵਿੱਚ ਡਿਵਾਈਡਡ ਹੋਏਗਾ ਪਾਕਿਸਤਾਨ ਔਰ ਇੰਡੀਆ ਦੇ ਵਿੱਚ। ਤੋਂ ਮਾਉਂਟ ਪੈਟਨ ਦਾ ਪਲਾਨ ਸੀਗਾ ਜਿਹਦੇ ਵਿੱਚ ਇਹ ਪੂਰਾ ਪਲਾਨ ਕੀ ਹੈ ਲੇ ਡਾਊਨ ਕੀਤਾ ਗਿਆ ਸੀ ਪਾਰਟੀਸ਼ਨ ਦਾ। ਸੋ 8th ਕੁਐਸਚਨ ਦਾ ਰਾਈਟ ਆਨਸਰ ਆਪਸ਼ਨ ਡੀ। ਨਾ ਮੂਵ ਕਰਦੇ ਹਾਂ 9th ਕੁਐਸਚਨ ਦੇ ਵੱਲ। 9th ਕੁਐਸਚਨ ਹੈ ਹਾਊ ਮੱਚ ਟਾਈਮ ਇਟ ਟੁਕ ਫਾਰ ਦਾ ਕਨਸਟਿਟੈਂਟ ਅਸੈਂਬਲੀ ਟੂ ਫਾਈਨਲਾਈਜ਼ ਦਾ ਕਨਸਟਿਟਿਊਸ਼ਨ। ਕਨਸਟਿਟੈਂਟ ਅਸੈਂਬਲੀ ਨੂੰ ਕਿੰਨਾ ਟਾਈਮ ਲੱਗਿਆ ਸੀ ਕਨਸਟਿਟਿਊਸ਼ਨ ਬਹੁਤ ਈਜ਼ੀ ਕੁਐਸਚਨ ਹੈ ਸਾਰੇ ਨੂੰ ਆਉਂਦਾ ਹੋਏਗਾ ਏ ਆਪਸ਼ਨ ਹੈ 2 ਸਾਲ 11 ਮਹੀਨੇ 18 ਦਿਨ ਬੀ ਆਪਸ਼ਨ ਹੈ 2 ਸਾਲ 9 ਮਹੀਨੇ 8 ਦਿਨ ਸੀ ਆਪਸ਼ਨ ਹੈ 2 ਸਾਲ 7 ਮਹੀਨੇ 18 ਦਿਨ ਤੇ ਡੀ ਆਪਸ਼ਨ ਹੈ 2 ਸਾਲ 5 ਮਹੀਨੇ ਔਰ 20 ਦਿਨ ਬਹੁਤ ਈਜ਼ੀ ਕੁਐਸਚਨ ਹੈ ਜਲਦੀ ਜਲਦੀ ਕਮੈਂਟ ਅਨਸ਼ੀਤ ਦਿਓ 9th ਕੁਐਸਚਨ ਦਾ ਰਾਈਟ ਆਨਸਰ ਕੀ ਹੈ ਕਿ ਕਨਸਟੈਂਟ ਅਸੈਂਬਲੀ ਨੂੰ ਪੂਰਾ ਇੰਡੀਆ ਦਾ ਜੋ ਸੰਵਿਧਾਨ ਹੈ ਉਹਨੂੰ ਫਾਈਨਲਾਈਜ਼ ਕਰਨ ਚ ਕਿਨਾ ਟਾਈਮ ਲੱਗਿਆ ਸਿਕਾ तो यह आंसर है ए दो साल ग्यारह महीने और अठारह दिन की है टोटल टाइम लग गया सी लग्याटेंट असैम्बली फाइनलाइज करनेट्यूशन तो ये ऑप्शन की है राइट आंसर है नेक्स्ट टेंथ क्वेश्चन देखते हैं अपना टेंथ क्वेश्चन है हु वॉज द चेयरमैन ऑफ ड्राफ्टिंग कमेटी जो जो कॉन्सटेंट ਅਸੈਂਬਲੀ ਹੈ ਜੋ ਕਨਸਟੈਂਟ ਅਸੈਂਬਲੀ ਨੇ ਕੀ ਹੈ ਡਿਫਰੈਂਟ ਡਿਫਰੈਂਟ ਕਮੇਟੀਆਂ ਬਣਾਈਆਂ ਸਿਗੀਆਂ ਕੁਐਸਚਨ ਹੈ ਕਿ ਉਹਦੇ ਵਿੱਚੋਂ ਜਿਹੜੀ ਡਰਾਫਟਿੰਗ ਕਮੇਟੀ ਸੀਗੀ ਉਹਦੇ ਚੇਅਰਮੈਨ ਕੌਣ ਸੀਗੇ ਇਹ ਵੀ ਪੂਰਾ ਡਿਟੇਲ ਦੇ ਵਿੱਚ ਖੜ ਚੁੱਕੇ ਹਰ ਇੱਕ ਕਮੇਟੀ ਦੇ ਚੇਅਰਮੈਨ ਦਾ ਨਾਮ ਤੁਹਾਨੂੰ ਲਿਖਾਇਆ ਗਿਆ ਹੈ ਤਾਂ ਆਨਸਰ ਥੋੜਾ ਰਾਈਟ ਹੋਣਾ ਚਾਹੀਦਾ ਹੈ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਪੁੱਛ ਰਿਹਾ ਆਪਸ਼ਨ A ਹੈ ਐਨ ਗੋਪਾਲਾ ਸਵਾਮੀ B ਆਪਸ਼ਨ ਹੈ ਕੇ ਐਮ Munshi C ਆਪਸ਼ਨ ਹੈ ਐਨ ਮਾਧਵਰਾਉ ਅਤੇ D ਆਪਸ਼ਨ ਹੈ ਡਾਕਟਰ ਬੀ ਆਰ ਅੰਬੇਦਕਰ ਇਹ ਵੀ ਬਹੁਤ ਈਜ਼ੀ ਕੁਐਸਚਨ ਆਰ ਆਪਾਂ ਕਰ ਵੀ ਚ so 10th question the right answer option d b r ambedkar dr b r ambedkar ki hai drafting committee de chairman si ke so 10th question the right answer ki hai option d dr b r ambedkar is the right answer move karde hain 11th question de baad 11th question hai ki the constitution of india came into effect from jo bharat da samvidhan hai constitution hai effect de vich kadon aaya si matlab enact kadon kita gaya si ya lagu kadon kita gaya si option dekh lene option a hai 15 january 1950 de vich बी ऑप्शन है ट्वेंटी सिक्स जनवरी नाइनटीन फिफ्टी के सी ऑप्शन है फिफ्टीन अगस्त नाइनटीन फिफ्टी डी ऑप्शन है पंद्रह जनवरी नाइनटीन फिफ्टी बहुत ईजी क्वेश्चन है प्रीवियस लैक्चर कर भी चुके हैं तो जल्दी कमेंट करके दसो कि इंडिया का कॉन्सिट्यूशन इफेक्ट के कदों आया सो इस क्वेश्चन का राइट so, आंसर right है ऑप्शन बी ट्वेंटी सिक्स जनवरी नाइनटीन फिफ्टी के है लागू किया गया सी कॉन्सटीट्यूशन कॉन्स्टिट्यू कौ जिस भारत का संविधान है ਰ ਅਡਾਪਟ ਕਿਦੋਂ ਕੀਤਾ ਗਿਆ ਸੀ 26 ਨਵੰਬਰ 1949 ਦੇ ਵਿੱਚ ਔਰ ਇਫੈਕਟ ਦੇ ਵਿੱਚ ਕਦੋਂ ਆਇਆ ਸੀ 26 ਜਨੂਅਰੀ 1950 ਦੇ ਵਿੱਚ ਮੂਵ ਕਰਦੇ ਹਾਂ ਆਪਣੇ 12th ਕੁਸ਼ਚਨ ਦੇ ਵੱਲ 12th ਕੁਸ਼ਚਨ ਹੈ ਹਾਊ ਮੈਨੀ ਸ਼ੈਡਿਊਜ਼ ਆਰ देयर ਇਨ ਕਨਸਟੀਟਿਊਸ਼ਨ ਆਫ ਇੰਡੀਆ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਕਿੰਨੇ ਸ਼ੈਡਿਊਜ਼ ਨੇ ਪ੍ਰੈਜ਼ੈਂਟ ਦੇ ਵਿੱਚ ਆਪਸ਼ਨ A ਹੈ 10 ਸ਼ੈਡਿਊਲ B ਆਪਸ਼ਨ ਹੈ 12 C ਆਪਸ਼ਨ ਹੈ 14 ਔਰ D ਆਪਸ਼ਨ ਹੈ 16 ਤੇ ਇਹਦਾ ਆਪਾਂ ਰੀਸੈਂਟਲੀ ਇਹ ਵਾਲਾ ਟਾਪਿਕ ਕੀਤਾ ਸੀ ਸ਼ੈਡਿਊਲਸ ਦਾ ਇਹਦਾ ਆਨਸਰ ਤਾਂ ਸਾਰਿਆਂ ਦਾ ਰਾਈਟ ਹੋਣਾ ਚਾਹੀਦਾ ਕੁਐਸਚਨ ਵੀ ਬਹੁਤ ਈਜ਼ੀ ਹੈ ਜਲਦੀ ਕਮੈਂਟ ਕਰਕੇ ਦੱਸੋ ਕਿ ਇਹਦਾ ਰਾਈਟ ਆਨਸਰ ਕੀ ਹੈ ਇੰਡੀਆ ਦੇ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਦੇ ਕਿੰਨੇ ਸ਼ੈਡਿਊਲਸ ਨੇ ਸੋ 12th ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ B 12 ਸ਼ੈਡਿਊਲਸ ਨੇ ਟੋਟਲ ਪ੍ਰੈਜ਼ੈਂਟ ਦੇ ਵਿੱਚ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਸੋ 12th ਕੁਐਸਚਨ ਦਾ ਰਾਈਟ ਆਨਸਰ ਆਪਸ਼ਨ B 12 ਸ਼ੈਡਿਊਲਸ ਮੂਵ ਕਰਦੇ ਆਪਨੇ 13th ਕੁਐਸਚਨ ਵੱਲ 13th ਕੁਐਸਚਨ ਹੈ in which amendment act sindhi language was included as 15th regional language in the 8th schedule to 8th schedule ki hai apna official language da schedule hai e bhi mai tone trick de naal explain kita si ki kithda easy way de vich yaad karna hai to 8th schedule hai apna official language da question ne puch raha hai ki previously ki hai 14 languages si yahan present the 22 hai lekin previously 14 languages siyan to first फर्स्ट जो ऐड की गई सी लैंग्वेज जो ऐड की गई लैंग्वेज हम क्वेश्चन है कि किड़े कॉन्स्ट्टीट्यूशन अमेंडमेंट एक्ट तो सिंधी लैंग्वेज की है ऐड की गई सी कॉन्सटीट्यूशनल अमेंडमेंट किधी लैंगुएजन एज़ अ फिफ्टीनथ लैंग्वेज ऐड किया गया से एट शेड्यूल के अंदर ऑप्शन देख लें ऑप्शन ए है फस्ट कॉन्सटीट्यूशनल अमेंडमेंट एक्ट नाइनटीन फिफ्टी सिक्स बी ऑप्शन है सैवंथ कॉन्स्टिट्यूशनल अमेंडमेंट एक्ट नाइनटीन फिफ्टी सिक्स सी ऑप्शन है फिफ्टीथ कॉन्स्टिट्यूशनल अमेंडमेंट एक्ट नाइनटीन सिक्सट थ्री डी ऑप्शन है ट्वेंटी फर्स्ट कॉन्सटीट्यूशनल अमेंडमेंट एक्ट नाइनटीन सिक्सटन केमेंडमेंट एक्ट है जी तो बाद में एज एन ऑफिशियल लैंग्एज डिकलेयर करके एट्थ शड्यूल के अंदर एड किया गया आप सारा कुछ डिटेल कर चुके हैं तो थर्टीन क्वेश्चन का राइट आंसर करो जल्दी सारे गण सो so, इस क्वेश्चन का राइट आंसर है डी ट्वेंटी फस्ट कॉन्ट्टीट्यूशनल अमेंडमेंट एक्ट नाइनटीन सिक्सटी सैवन द अमेंडमेंट एक्ट तो बादधी जो लैंगुएज है उन्होंने एज एन ऑफिशियल लैंगुएज फिफ्टन ऑफिशियल लैंगुएज ऐड किया गया से एटथ शड्यूल के अंदर और एटथ शड्यूल अपना की है ऑफिशियल लैंगुएज इसका शड्यूल है मूव कर दें अपने फोर्टीन क्वेश्चन के वल फोर्टीन क्वेश्चन है कि द कॉन्सटीट्यूशन ऑफ इंडिया इज द लेंथीएसट ऑफ ऑल कॉन्स्टिट्यूशन ऑफ द वर्ल्ड जो भारत का संविधान है ਕੀ ਉਹ ਪੂਰੇ ਵਰਡ ਦੇ ਸੰਵਿਧਾਨ ਦੇ ਵਿੱਚੋਂ ਸਭ ਤੋਂ ਲੈਂਥੀਐਸਟ ਹੈ ਲੰਬਾ ਹੈ ਇਹਦੇ ਵਿੱਚ ਦੋ ਹੀ ਆਪਸ਼ਨ ਹੈ ਕਿ ਇਹ ਟਰੂ ਹੈ ਕਿ ਇਹ ਫਾਲਸ ਹੈ ਕਿ ਭਾਰਤ ਦਾ ਜੋ ਸੰਵਿਧਾਨ ਹੈ ਉਹ ਲੈਂਥੀਐਸਟ ਕਨਸਟੀਟਿਊਸ਼ਨ ਹੈ ਵਰਡ ਦਾ ਕਿ ਨਹੀਂ ਹੈ ਜਲਦੀ ਕਮੈਂਟ ਕਰਕੇ ਆਨਸਰ ਕਰੋ ਇਹ ਆਪਾਂ ਫੀਚਰਸ ਦਾ ਜਦੋਂ ਟੋਪਿਕ ਕੀਤਾ ਸੀ ਉਹਦੇ ਵਿੱਚ ਕੀਤਾ ਹੋਇਆ ਸੋ 14th ਕੁਸ਼ਚਨ ਦਾ ਰਾਈਟ ਆਨਸਰ ਹੈ ਆਪਸ਼ਨ A ट्रू है कि जो ये स्टेटमेंट है कि कॉन्स्टिट्यूशन ऑफ इंडिया इज द लेंथीएसट ऑफ ऑल कॉन्स्टिट्यूशन ऑफ द वर्ल्ड इज ट्रू ए स्टेटमेंट की है ट्रू है फोर्टीन का आंसर है ट्रू अपने फिफ्टींथ क्वेश्चन मूल प्रूव करते हैं फिफ्टींथ क्वेश्चन है हाउ मैनी आर्टिकल्स आर देयर ओरिजनली इन द कॉन्सटीट्यूशन ऑफ इंडिया तो जो भारत का कॉन्सटीटूशन है उसके ओरिजनली किन्ने आर्टिकल से प्रजेंट नहीं पूछ रहा है ओरिजनली पूछ रहा है कि जो अडोप्ट किया गया constitution ਭਾਰਤ ਦਾ ਸੰਵਿਧਾਨ ਉਦੋਂ ਦੇ ਵਿੱਚ ਕਿੰਨੇ ਆਰਟੀਕਲ ਸੀਗੇ অপਸ਼ਨਸ ਦੇਖ ਲੈਣੇ ਆਪਸ਼ਨ A ਹੈ 395 অপਸ਼ਨ B ਹੈ 397 অপਸ਼ਨ C ਹੈ 403 ਐਂਡ D ਹੈ 410 ਤੇ ਇਹ ਵੀ ਆਪਾਂ ਸਾਰਾ ਕੁਝ ਕੀ ਹੈ ਡਿਟੇਲ ਵਿੱਚ ਕਰ ਚੁੱਕੇ ਹਾਂ ਜਲਦੀ ਕਮੈਂਟ ਕਰਕੇ ਦੱਸੋ ਕਿ オリジナル ਕਨਸਟੀਟਿਊਸ਼ਨ ਦੇ ਵਿੱਚ ਕਿੰਨੇ ਆਰਟੀਕਲ ਸੀਗੇ ਸੋ 15th ਕੁਐਸਚਨ ਦਾ ਰਾਈਟ ਆਨਸਰ ਆਪਸ਼ਨ A ਹੈ थ्री हंड्रड नाइन्टी फाइव की है ओरिजिनल कॉन्सटीट्यूशन इंडिया दे, दे दे 395 के भारत के संविधान के थ्री हंडर्ड नाइनटी फाइव आर्टिकल्स प्रजेंट से ओरिजिनली मूव कर दें अपने सिक्सटेंथ क्वेश्चन के बाद सिकसटीन क्वेश्चन है हाउ मैनी आर्टिकल्स आर इन कॉन्सिटीट्यूशन ऑफ इंडिया नाउ तो क्वेश्चन पूछा कि प्रेजेंट के आर्टल्स प्रजेंट है इंडिया के कॉन्सट्यूशन भारत के संविधान के प्रजेंट के आर्टिकल्स की है प्रजेंट ने ऑप्शन ए है फोर हंड्रड फोर्टी b ਹੈ 441 c অপশন ਹੈ 448 আর d অপশন ਹੈ 443 তো জल्दी কমেন্ট করে কে আনসার করো কি ভারত দা যে ইন্ডিয়া দা যে কনস্টিটিউশন হ্যায় ওদে وچ প্রেজেন্ট دے وچ কিনি আর্টিকেলস প্রেজেন্ট হ্যায় সাআজ দা সারা লেকচার අපা কিহি ডিটেইল دے وچ কর চুকে হ্যায় আর এ কোশ্চেনস ভি প্রিভিয়াস ইয়ার্স دے এক্সাম وچ آئے ہوئے হ্যায় বহুত ইম্পর্ট্যান্ট কোশ্চেন হ্যায় سارے দেন আনসার রাইট হোনা চহিদা বিকজ আপ অলরেডি সর কিছু ডিটেইল دے وچ কর চুকে ਸੇਕਸਟ ਕੁਐਸਚਨ ਦਾ ਰਾਈਟ ਆਨਸਰ ਆਪਸ਼ਨ ਸੀ 448 ਕੀ ਹੈ ਰਾਈਟ ਆਨਸਰ ਹੈ ਪ੍ਰੈਜ਼ੈਂਟ ਦੇ ਵਿੱਚ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ 448 ਆਰਟੀਕਲਸ ਕੀ ਹੈ ਪ੍ਰੈਜ਼ੈਂਟ ਹੈ ਤੋਂ 16th ਕੁਐਸਚਨ ਦਾ ਰਾਈਟ ਆਨਸਰ ਆਪਸ਼ਨ ਸੀ 448 ਇਜ਼ ਦਾ ਰਾਈਟ ਆਨਸਰ ਨਾਓ ਲੈਟਸ ਮੂਵ ਟੂ ਦਾ 17th ਕੁਐਸਚਨ 17th ਕੁਐਸਚਨ ਐਸ ਦਾ ਅੰਡਰ ਦਾ ਕਨਸਟੀਟਿਊਸ਼ਨ ਆਫ ਇੰਡੀਆ ਹੂ ਆਰ ਦਾ ਅਲਟੀਮੇਟ ਸੋਵਰਨ ਜੋ ਇੰਡੀਆ ਦਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਅਲਟੀਮੇਟ ਸੋਵਰਨ ਕੌਣ ਹੈ ਜਾਂ ਫਿਰ ਸੁਪਰੀਮ ਪਾਵਰ ਕਿਹਦੇ ਕੋਲ ਹੈ ਅਲਟੀਮੇਟ ਪਾਵਰ ਹੈ ਅਲਟੀਮੇਟ ਸੋਵਰਨ ਕੌਣ ਹੈ ਇੰਡੀਆ ਦੇ ਕਨਸਟੀਟਿਊਸ਼ਨ ਦੇ ਅਕੋਰਡਿੰਗ ਆਪਸ਼ਨ A ਹੈ ਇੰਡੀਅਨ ਪੀਪਲ ਇੰਡੀਆ ਦੇ ਲੋਕ B ਆਪਸ਼ਨ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਇੰਡੀਆ ਦਾ ਜੋ ਪੀਐਮ ਹੈ C ਆਪਸ਼ਨ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਅ ਡੀ ਆਪਸ਼ਨ ਹੈ ਆਲ ਇਲੈਕਟਿਡ ਲੀਡਰਸ ਆਫ ਇੰਡੀਆ ਤੋਂ ਅਲਟੀਮੇਟ ਸੋਵਰਨ ਕੌਣ ਹੈ ਇੰਡੀਆ ਦੇ ਵਿੱਚ ਤੇ ਇਹ ਆਪ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਕੀਤਾ ਹੋਇਆ ਆਲਰੈ ਜਲਦੀ ਕਮੈਂਟ ਕਰਕੇ ਅਨਸਰ ਕਰੋ ਇਸ ਕੁਐਸਚਨ ਦਾ ਰਾਈਟ ਆਨਸਰ ਹੁਣ ਸੀ ਤਾਂ ਬਿਕੋਜ਼ ਸਾਰਾ ਕੁਝ ਡਿਟੇਲ ਦੇ ਵਿੱਚ ਕੀਤਾ ਹੋਇਆ ਹੈ ਆਪਾਂ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਆਪਸ਼ਨ A ਇੰਡੀਅਨ ਪੀਪਲ ਜਿੱਦੋਂ ਆਪਾਂ ਪ੍ਰੀਅੰਬਲ ਦਾ ਪਾਠ ਕੀਤਾ ਸੀਗਾ ਪ੍ਰੀਅੰਬਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇੰਡੀਆ ਦੇ ਕਨਸਟੀਟਿਊਸ਼ਨ ਦਾ ਸੋਰਸ ਕੀ ਹੈ ਉਹਦੇ ਵਿੱਚ ਪਹਿਲੀ ਲਾਈਨ ਹੀ ਸੀਗੀ ਵੀ ਦ ਪੀਪਲ ਵੀ ਦਾ ਪੀਪਲ ਕੀ ਹੈ ਇੰਡੀਅਨ ਪੀਪਲ ਨੂੰ ਹੀ ਰਿਪਰੈਜ਼ੈਂਟ ਕਰ ਰਿਹਾ ਹੈ ਔਰ ਉਹੀ ਕੀ ਹੈ ਅਲਟੀਮੇਟ ਸੋਵਰਨ ਹੈ ਔਰ ਉਹੀ ਕੀ ਹੈ ਸੁਪਰੀਮ ਪਾਵਰ ਵੀ ਲੋਕਾਂ ਦੇ ਕੋਲ ਹੀ ਇੰਡੀਅਨ ਪੀਪਲ ਦੇ ਕੋਲ ਹੈ ਔਰ ਕਨਸਟੀਟਿਊਸ਼ਨ ਦਾ ਸੋਰਸ ਵੀ ਕੀ ਹੈ ਵੀ ਦਾ ਪੀਪਲ ਵੀ ਦਾ ਪੀਪਲ ਮਤਲਬ ਇੰਡੀਅਨ ਪੀਪਲ ਔਰ ਜਿਹੜਾ ਪ੍ਰੀਐਮਬਲ ਮੈਂ ਪੂਰਾ ਰੀਡ ਕਰਕੇ ਤੁਹਾਨੂੰ ਦੱਸਿਆ ਸੀ ਉਹਦੇ ਵਿੱਚ ਫਰਸਟ ਲਾਈਨ ਹੀ ਸੀ ਮੈਂ ਉਹ ਤੋਂ ਵੀ ਦੱਸਿਆ ਸੀ ਕਿ ਸੋਰਸ ਕੀ ਹੈ ਨੇਚਰ ਕੀ ਹੈ ਆਬਜੈਕਟਿਵ ਕੀ ਹੈ ਤੋ ਇਸ ਕੁਐਸਚਨ ਦਾ ਰਾਈਟ ਆਨਸਰ ਆਪਸ਼ਨ A ਇੰਡੀਅਨ ਪੀਪਲ ਕੀ ਹੈ ਅਲਟੀਮੇਟ ਸੋਵਰਨ ਹੈ ਇੰਡੀਆ ਦੇ ਕਨਸਟੀਟਿਊਸ਼ਨ ਦੇ ਅੰਡਾ ਹੈ ਤੇ 17th ਕੁਸ਼ਨ ਦਾ ਰਾਈਟ ਆਨਸਰ ਆਪਸ਼ਨ A ਹੈ ਅਰੇ ਸਰ ਕੋਸ਼ਿਸ਼ ਆਪਾਂ ਪ੍ਰੀਅੰਬਲ ਦਾ ਜਿਹੜਾ ਟਾਪਿਕ ਡਿਸਕਸ ਕੀਤਾ ਸੀ ਤੋਂ ਉਹਦੇ ਡਿਸਕਸ ਕੀਤਾ ਹੋਇਆ ਹੈ ਜਿਨਾਂ ਨੂੰ ਨਹੀਂ ਸਮਝ ਆਇਆ ਉਹ ਪ੍ਰੀਅੰਬਲ ਦਾ ਜਾ ਕੇ ਲੈਕਚਰ ਦੇਖ ਸਕਦੇ ਆ ਉਹਦੇ ਵਿੱਚ ਮੈਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਮੂਵ ਕਰਦੇ ਆ ਆਪਣੇ 18th ਕੁਸ਼ਨ ਦੇ ਵੱਲ 18th ਕੁਸ਼ਨ ਹੈ ਵਿਚ ਆਫ ਦਾ ਫੋਲੋਇੰਗ ਵਰਡ ਹੈਜ਼ ਨਾਟ ਬੀਨ ਰਿਟਨ ਇਨ ਦਾ ਪ੍ਰੀਅੰਬਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਤੋ ਜੋ ਇੰਡੀਆ ਦੇ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਪ੍ਰੀਐਮਬਲ ਹੈ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਪ੍ਰੀਐਮਬਲ ਕੀ ਹੈ ਪਾਰਟ ਹੈ ਇੰਡੀਆ ਦੇ ਕਨਸਟੀਟਿਊਸ਼ਨ ਦਾ ਕੁਐਸਚਨ ਹੈ ਕਿ ਇਹਨਾਂ ਚਾਰਾਂ ਵਿੱਚੋਂ ਕਿਹੜਾ ਵਰਡ ਹੈ ਜੋ ਪ੍ਰੀਐਮਬਲ ਦੇ ਵਿੱਚ ਮੈਂਸ਼ਨ ਨਹੀਂ ਹੈ ਲਿਖਿਆ ਨਹੀਂ ਹੋਇਆ ਆਪਸ਼ਨ ਏ ਹੈ ਸੋਵਰੇਨ ਬੀ ਆਪਸ਼ਨ ਹੈ ਸੋਸ਼ਲਿਸਟ ਸੀ ਆਪਸ਼ਨ ਹੈ ਡੈਮੋਕ੍ਰੈਟਿਕ ਔਰ ਡੀ ਆਪਸ਼ਨ ਹੈ ਇੰਡੀਅਨਸ ਜਲਦੀ ਕਮੈਂਟ ਕਰਕੇ ਆਨਸਰ ਕਰੋ ਕਿਉਂਕਿ ਜੋ ਪ੍ਰੀਐਮਬਲ ਮੈਂ ਐਕਸਪਲੇਨ ਕੀਤਾ ਸੀ ਉਹ ਦੁਬਾਰਾ ਕੀਵਰਡ ਵੀ ਲਿਖੇ ਹੋਏ ਸੀ ਉੱਥੇ ਮੈਂ ਤੁਹਾਨੂੰ ਉਹ ਤੋਂ ਕਿਹਾ ਸੀ ਨਾ 12 ਵਰਡਸ ਨੂੰ ਯਾਦ ਕਰ ਲਿਓ ਡਾਇਰੈਕਟਲੀ ਕੁਐਸਚਨ ਆ ਜਾਂਦਾ ਹੈ ਉਨਜੀ ਦੇ ਕਮੈਂਟ ਕਰਕੇ ਅਨਸਰ ਕਰੋ ਕਿ ਪ੍ਰੀਐਮਬਲ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਵਰਡ ਹੈ ਜੋ ਨਹੀਂ ਲਿਖਿਆ ਹੋਇਆ ਹੈ ਤੇ ਦਾ ਰਾਈਟ ਅਨਸਰ ਹੈ অপਸ਼ਨ D Indians ki hai word preamble de andar mention nahi hai ki mention hai Indian Indians di jagah te ekta citizen word mention hai aur ek likha hai we the people we the people mention hai citizens mention hai as an in, Indians ni mention hai ga likha hoya preamble de vich and sovereignty socialist democratic republic justice equality liberty fraternity eh sare words ki hai preamble de vich mention hai Indians ni mention hai to 18th question da right answer option D मूव करते हैं अपने नाइनटीन क्वेश्चन के बाद नाइनटीन क्वेश्चन है विच ऑफ द फॉलोइंग स्टेटमेंट इज़ नॉट ट्रू कोई आप चार ऑप्शन देखेंगे देखा तुम्हें तो ये दसना है कि उन्होंने चार स्टेटमेंट विचों के स्टेटमेंट की है ट्रू नहीं है नॉट ट्रू है हम आप चार स्टेटमेंट्स देखते हैं ऑप्शन ए है द डेट ऑफ इंपलीमेंटेन ऑफ इंडियन कॉन्सिट्यूशन इज नवंबर ट्वेंटी सिक्स नाइनटीन फोर्ट नाइन कि जो इंडिया का कॉन्सटीट्यूशन है उन्होंने इंपलीमेंट किया गया ट्वेंटी सिक्स नाइनटीन फोर्ट नाइन की ट्रू है बी ऑप्शन है द सैकुलर वर्ड वॉज एड बाय द फोर्टिथ कॉन्सटीट्यूशनल अमेंडमेंट एक्ट जो फोर्टी सैकेंथ कॉन्सट्यूशन अमेंडमेंट एक्ट हो कि सैकुलर वर्ड प्रेएबल एड किया गया कि स्टेटमेंट ट्रू है ਨੈਕਸਟ 3rd ਆਪਸ਼ਨ ਹੈ ਕਿ ਦਾ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਵਾਸ ਡਨ ਇਨ 1976 42nd ਜੋ ਕਨਸਟੀਟਿਊਸ਼ਨਲ ਅਮੈਂਡਮੈਂਟ ਐਕ ਸੀਕਿਉ 1976 ਦੇ ਵਿੱਚ ਹੋਇਆ ਸੀ ਇਟ ਟru ਹੈ ਕਿ ਫਾਲਸ ਹੈ ਡੀ ਆਪਸ਼ਨ ਹੈ ਸੋਸ਼ਲ ਸੋਸ਼ਲ ਇਕਨੋਮਿਕਲ ਐਂਡ ਪੋਲਿਟੀਕਲ ਜਸਟਿਸ ਹੈਵ ਬੀਨ ਟੇਕਨ ਫਰਮ ਦਾ ਰੂਸੀਅਨ ਰੈਵੋਲੂਸ਼ਨ ਇਨ ਦਾ ਇੰਡੀਅਨ ਕਨਸਟੀਟਿਊਸ਼ਨ ਤੋ ਜੋ ਤਿੰਨ ਜਸਟਿਸ ਹੈ ਆਪਣੇ ਸੋਸ਼ਲ ਜਸਟਿਸ ਇਕਨੋਮਿਕਲ ਜਸਟਿਸ ਪੋਲਿਟੀਕਲ ਜਸਟਿਸ ਇੱਕ ਹੀ ਰਸ਼ੀਅਨ ਰੈਵੋਲੂਸ਼ਨਸ ਤੋਂ ਲੈ ਗਏ ਨੇ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਮੀਨਸ ਰਸ਼ੀਆ ਤੋਂ ਲੈ ਗਏ ਨੇ ਕਿ ਇਹ ਟਰੂ ਹੈ ਕਿ ਫਾਲਸ ਹੈ ਤੋ ਇਹਨਾਂ ਚਾਰਾਂ ਵਿੱਚੋਂ ਦੱਸੋ ਕਿ ਜਿਹੜੀ ਟਰੂ ਨਹੀਂ ਹੈ ਫਾਲਸ ਕਿਹੜੀ ਸਟੇਟਮੈਂਟ ਹੈ ਇਹਨਾਂ ਚਾਰਾਂ ਦੇ ਵਿੱਚੋਂ ਕੁਐਸਚਨ ਹੈ ਕਿ ਵਿਚ ਆਫ ਦਾ ਫਾਲੋਇੰਗ ਸਟੇਟਮੈਂਟ ਇਜ਼ ਨਾਟ ਟਰੂ ਤਾਂ ਇਹਨਾਂ ਚਾਰਾਂ ਆਪਸ਼ਨਸ ਨੂੰ ਚੰਗੀ ਤਰ੍ਹਾਂ ਦੇਖ ਕੇ ਦੱਸੋ ਕਿ ਕਿਹੜੀ ਜੋ ਸਟੇਟਮੈਂਟ ਹੈ ਉਹ ਟਰੂ ਨਹੀਂ ਹੈ सारा कुछ डिटेल किया है जल्दी कमेंट करके आंसर करो तो इस क्वेश्चन का राइट आंसर ऑप्शन ए कि इंप्लीमेंटे की जो डेट है वह की है ट्वेंटी सिक्स जनवरी नाइनटीन फिफ्टी है ना कि ट्वेंटी सिक्स नवंबर नाइनटीन फोर्टी नाइन नवंबर ट्वेंटी सिक्स नाइनटीन फोर्टी नाइन की है अडोप्शन की डेट है इंप्लीमेंटेशन की डेट नहीं है बाकी तीनों की है राइट right है सैकुलर वर्ड फोर्टी सैकेंड कॉन्सट्यूशन अमेंडमेंट एक्ट तो बाद एड किया गयाोटैकेंड कॉन्सट्यूशन अमेंडमेंट एक्ट नाइनटीन सैवनटी सिक्स के हुई सर जस्टिस सोशल इकनोमिकल पोलिटल जस्टिस की है रशिया तो लिया गया है आप सोर्स के किया तो नाइनटीन क्वेश्चन का राइट आंसर ऑप्शन ए जो ए ऑप्शन है वो की है फॉल्स है बाकी तीनों ऑप्शन की है ट्रू है मूव कर दें अच्छे अपने लास्ट क्वेश्चन के बाद लास्ट क्वेश्चन है विच ऑफ द फॉलोइंग स्टेटमेंट इज फॉल्स विचो इन्होंने स्टेटमेंट है जो फॉल्स है एक क्वेश्चन है हूँ आप स्टेटमेंट्स देख लें फर्स्ट स्टेटमेंट है मोस्ट ऑफ द स्ट्रक्चर ऑफ इंडियन कॉन्स्टिट्यूशन हैज़ बिन टेकन फ्रॉम द गवर्नमेंट ऑफ इंडियन एक्ट नाइनटीन थर्टाइव कि जो भारत का संविधान है इंडियन कॉन्स्टिट्यूशन है कि वो नाइनटीन थर्टाइव के एक्ट विच लिया गया है यह स्टेटमेंट ट्रू है कि फॉल्स है बी स्टेटमेंट है कि ओरिजिनल कॉन्स्ट्टट्यूशन है टैन शेड्यूल तो जो ओरिजिनल कॉन्सटीट्यूशन कि उस दस शड्यूल से स्टेटमेंट ट्रू है कि फॉल्स है थर्ड स्टेटमेंट है कि पोलीटल पार्ट ऑफ इंडियन कॉन्सट्यूशन इज़ टेकन फ्रॉम ब्रिटिश कॉन्सटीट्यूशन जो पोलीटल पार्ट है इंडिया के कॉन्सटीट्यूशन का भारत के संविधान का कि ब्रिटिश के संविधान तो लिया गया कॉन्सट्टूशन तो लिया गया है इस स्टेटमेंट ट्रू है कि फॉल्स है ਨੈਕਸਟ ડી ਸਟੇਟਮੈਂਟ ਹੈ ਕਿ ਦਾ ਫਿਲਾਸੋਫੀਕਲ ਪਾਰਟ ਆਫ ਇੰਡੀਅਨ ਕਨਸਟੀਟਿਊਸ਼ਨ ਇਜ਼ ਟੇਕਨ ਫਰਮ ਦਾ ਅਮਰੀਕਨ ਐਂਡ ਆਇਰਿਸ਼ ਕਨਸਟੀਟਿਊਸ਼ਨ ਜੋ ਜੋ ਫਿਲਾਸੋਫੀਕਲ ਪਾਰਟ ਹੈ ਕਿ ਇਹ ਅਮਰੀਕਾ ਦੇ ਆਇਰਿਸ਼ ਕਨਸਟੀਟਿਊਸ਼ਨ ਤੋਂ ਲਿਆ ਗਿਆ ਹੈ ਇਟ ਸੇਮ ਇਟ ਟ੍ਰੂ ਹੈ ਕਿ ਫਾਲਸ ਹੈ ਹੁਣ ਜਲਦੀ ਤੁਸੀਂ ਮੈਨੂੰ ਕੀ ਹੈ ਕਮੈਂਟ ਕਰਕੇ ਆਨਸਰ ਕਰੋ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਫਾਲਸ ਹੈ ਇਹ ਸਾਰਾ ਕੁਝ ਆਪਾਂ ਡੀਟੇਲ ਦੇ ਵਿੱਚ ਖਰ ਚੁੱਕੇ ਹਾਂ ਸੋ 20th ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ ਜੋ origignal constitution ਹੈ ਉਹਦੇ ਵਿੱਚ 10 ਨਹੀਂ 8 ਸ਼ੈਡਿਊਲ ਪ੍ਰੇਜ਼ెంట్ ਸੀਗੇ ਤਾਂ ਇਹ ਸਟੇਟਮੈਂਟ ਕੀ ਹੈ ਫਾਲਸ ਹੈ ਬਾਕੀ ਤਿੰਨ ਉਹ ਸਹੀ ਹੈ ਕਿ ਸਟ੍ਰਕਚਰਲ ਪਾਰਟ ਕੀ ਹੈ 1935 ਦੇ ਐਕਟ ਵਿੱਚੋਂ ਲਿਆ ਗਿਆ ਹੈ ਪੋਲਿਟੀਕਲ ਪਾਰਟ ਬ੍ਰਿਟਿਸ਼ ਤੇ ਕਨਸਟੀਟਿਊਸ਼ਨ ਤੋਂ ਲਿਆ ਗਿਆ ਫਿਲਾਸਫੀਕਲ ਪਾਰਟ ਕੀ ਹੈ ਅਮਰੀਕਨ ਤੇ ਆਇਰਿਸ਼ ਕਨਸਟੀਟਿਊਸ਼ਨ ਤੋਂ ਲਿਆ ਗਿਆ ਹੈ ਬਾਕੀ ਤਿੰਨ A C D ਟਰੂ ਹੈ B ਵਾਲੇ ਕੀ ਹੈ ਫਾਲਸ ਹੈ ਕਿਉਂਕਿ 10 ਸ਼ੈਡਿਊਲ ਨਹੀਂ 8 ਸ਼ੈਡਿਊਲ ਸੀਗੇ ਇਹ ਸਾਰਾ ਕੁਝ ਵੀ ਆਪਾਂ ਪੂਰੇ ਡਿਟੇਲ ਦੇ ਵਿੱਚ ਮੈ ਤੁਹਾਨੂੰ ਐਕਸਪਲੇਨ ਕੀਤਾ ਹੋਇਆ ਹੈ ਕਿ ਸਟਰਕਚਰਲ ਪਾਰਟ ਕੀ ਹੁੰਦਾ ਪੋਲਿਟੀਕਲ ਪਾਰਟ ਕਿਹਿੰਦਾ ਫਿਲਾਸਫੀਕਲ ਪਾਰਟ ਕੀ ਹੁੰਦਾ ਇਹ ਸਾਰਾ ਕੁਝ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਹੈ ਤਾਂ ਅੱਜ ਮੈਂ ਐਕਸਪਲੇਨ ਨਹੀਂ ਕਰਨਾ ਤਾਂ ਬੀ ਕੁਐਸਚਨ ਦਾ ਰਾਈਟ ਆਨਸਰ ਆਪਸ਼ਨ ਬੀ ਸੌਰੀ 20th ਕੁਐਸਚਨ ਦਾ ਰਾਈਟ ਆਨਸਰ ਆਪਸ਼ਨ ਬੀ ਦ ਓਰੀਜਨਲ ਕਨਸਟੀਟਿਊਸ਼ਨ ਦੇ ਕੀ ਹੈ 8 ਸ਼ੈਡਿਊਲ ਸੀ 10 ਸ਼ੈਡਿਊਲ ਨਹੀਂ ਸੀਗੇ ਤਾਂ ਇਹ ਸੀ ਕਿ ਆਪਣੇ ਅੱਜ ਦੇ 20 ਕੁਐਸਚਨਸ ਤੁਹਾਨੂੰ ਤੁਸੀਂ ਕੀ ਹੈ ਮੈਨੂੰ ਆਪਣੇ ਮਾਰਕਸਸ ਨੇ ਹੈ 20 ਕੁਐਸ਼ਨਸ ਦੇ ਵਿੱਚੋਂ ਕਿ ਤੁਹਾਡੇ ਕਿੰਨੇ ਮਾਰਕਸ ਆਏ ਬਿਕੋਜ਼ ਆ ਇੰਡੀਅਨ ਪੋਲੀਟੀ ਦਾ ਕੀ ਹੈ ਫਰਸਟ ਟੈਸਟ ਸੀਗਾ ਤੇ ਮੈਂ ਤੁਹਾਡੀ ਪਰਫਾਰਮੈਂਸ ਦੇਖਣਾ ਚਾਹਨੀ ਹੈ ਸੋ ਮੈਨੂੰ ਸਾਰੇ ਜਾਣੇ ਕੀ ਹੈ ਆਪਣੇ ਸਕੋਰਸ ਕੀ ਹੈ ਕਮੈਂਟ ਕਰਕੇ ਜਰੂਰ ਦੱਸਣਗੇ ਕਿ 20 ਵਿੱਚੋਂ ਕਿੰਨੇ ਆਏ ਹੈ ਇਹ ਫਰਸਟ ਐਕਚੁਅਲੀ ਫਰਸਟ ਟੈਸਟ ਸੀਗਾ ਤੁਹਾਡਾ ਇੰਡੀਅਨ ਪੋਲੀਟੀ ਦਾ ਤੁਸੀਂ ਜਿੰਨੇ ਵੀ ਪ੍ਰੀਵियस ਯੂ ਐਗਜ਼ਾਮ ਤੇ ਵਿੱਚ ਈਜ਼ੀ ਕੁਐਸ਼ਨਸ ਆਇਆ ਹੈ ਮੈਂ ਉਹ ਪਿਕ ਕੀਤੇ ਹੈ ਆਪਾਂ ਹੌਲੀ ਹੌਲੀ ਕੀ ਹੈ ਲੈਵਲ ਇਨਕਰੀਸ ਕਰਨਾ ਹੈ ਆਪਣਾ ਇਹ ਇਜ਼ੀ ਕੁਐਸ਼ਨਸ ਸੀਗੇ ਇਹਦੇ ਜੋ ਪੂਰੇ ਟਫ ਲੈਵਲ ਦੇ ਜੋ ਕੁਐਸ਼ਨਸ ਹੁੰਦੇ ਆ ਜੋ ਯੂਪੀਐਸਸੀ ਜਾਂ ਸਟੇਟ ਪੀਸੀਐਸ ਦੇ ਵਿੱਚ ਹੁੰਦੇ ਆ ਉਹ ਆਪਾਂ ਬਾਅਦ ਦੇ ਵਿੱਚ ਕਰਾਂਗੇ ਫਸਟ ਸੈੱਟ ਹੀ ਸੀਗਾ ਕੁਐਸ਼ਨ ਦਾ ਨੈਕਸਟ ਆਉਣ ਵਾਲੇ ਟਾਈਮ ਦੇ ਵਿੱਚ ਕਰਾਂਗੇ ਤਾਂ ਆਪਣੇ ਕੀ ਹੈ 6 ਟਾਪਿਕਸ ਕੰਪਲੀਟ ਹੋ ਗਏ ਹਨ ਉਹਨਾਂ 6 ਦੇ ਵਿੱਚ ਜੋ ਇਜ਼ੀ ਕੁਐਸ਼ਨਸ ਹੈ ਆਪਾਂ ਉਹ ਵੀ ਦੇਖ ਲਏ ਹੈ ਦੇਖ ਲਏ ਥੋੜਾ ਹਾਈ ਹਾਇਰ ਲੈਵਲ ਦੇ ਜੋ ਕੁਐਸ਼ਨਸ ਹੈ ਉਹ ਅੱਗੇ ਆਉਣ ਵਾਲੇ ਸੀਰੀਜ਼ ਦੇ ਵਿੱਚ ਕਰਾਂਗੇ ਹੁਣ ਨੈਕਸਟ ਤੁਹਾਡਾ ਇਸ ਤੋਂ ਬਾਅਦ ਕੀ ਹੈ ਆਰਟੀਕਲ ਸਟਾਰਟ ਹੋ ਰਹੇ ਹਨ ਅਪਾ ਕੀ ਹੈ ਹਿਸਟਰੀ ਕਰ ਲਈ ਹੈ ਕਨਸਟੈਂਟ ਅਸੈਂਬਲੀ ਕਰ ਚੁੱਕੇ ਹੈ ਕਨਸਟੀਟਿਊਸ਼ਨ ਦੇ ਫੀਚਰ ਕਰ ਚੁੱਕੇ ਹੈ ਕਨਸਟੀਟਿਊਸ਼ਨ ਦੇ ਸੋਰਸਸ ਕਰ ਚੁੱਕੇ ਹੈ ਪ੍ਰੀਅੰਬਲ ਕਰ ਚੁੱਕੇ ਹੈ ਸ਼ਡਿਊਲਸ ਵੀ 12 ਕੀ ਹੈ ਚੰਗੀ ਤਰ੍ਹਾਂ ਕਰ ਚੁੱਕੇ ਹੈ ਹੁਣ ਨੈਕਸਟ ਇਸ ਤੋਂ ਬਾਅਦ ਕੀ ਹੈ ਬਸ ਆਰਟੀਕਲਸ ਦਾ ਪੋਰਸ਼ਨ ਬਚਿਆ ਹੈ ਆਰਟੀਕਲਸ ਵੀ ਕੀ ਹੈ 25 ਪਾਰਟਸ ਦੇ ਅੰਦਰ ਡਿਵਾਈਡਡ ਹੈ ਟੋਟਲ ਉਹ ਸਾਰੇ ਪਾਰਟਸ ਨੂੰ ਅਪਾ 1 ਬਾਈ 1 ਪੂਰਾ ਡਿਟੇਲ ਦੇ ਵਿੱਚ ਕਰਾਂਗੇ ਤਾਂ ਕਿ ਕਿਸੇ ਵੀ ਐਗਜ਼ਾਮ ਦੇ ਵਿੱਚ ਪੋਲਿਟੀ ਦੇ ਵਿੱਚ ਕੋਈ ਵੀ ਕੁਐਸਚਨ ਹੈ ਮਿਸ ਨਾ ਹੋਏ ਇਨੀ ਗਾਰੰਟੀ ਮੈਂ ਤੁਹਾਨੂੰ ਦਵਾਂਗੀ ਕਿ जिन्हें भी आप छे टॉपिक भी किए इन्होंने भी कोई थोड़ा एग्जाम क्वेश्चन होएगा तो मिस नहीं और जो आर्टिकल्स है उन्होंने भी हो थोड़ा कोई क्वेश्चन मिस नहीं होएगा पर तो तुम मैंने आपने की है, 20 ट्वेंटी के स्कोर किन्ने आए हैं जरूर मैनशन करने हैं बिकॉज फर्स्ट स्टेस्ट है इंडियन पॉलिटी का मैं थोड़ी परफॉर्मेंस निकना चाहनी हू य अपना अज का टैसट अपना अच्छी लिए बस इन्ना ही थैंक यू फॉर वॉचिंग एंड टेक केयर